ਇੱਦਾਂ ਵੀ ਸਾਡੇ ਧਾਰਮਿਕ ਸਥਾਨ ਸਾਡੇ ਸਾਹਮਣੇ ਟੁੱਟ ਰਹੇ ਆ, ਅਸੀਂ ਬੇਵਸ ਆ। ਜਿਹਨਾਂ ਨੇ ਭਗਵਾਨਾਂ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ, ਖੰਡਿਤ ਕਰਕੇ ਗੰਦੀਆਂ ਟਰੈਲੀਆਂ ਦੇ ਵਿੱਚ ਪਾ ਕੇ ਬੁੱਢੇ ਨਾਲੇ ਸੁੱਟਣ ਜਾ ਰਹੇ। ਦੋ ਸਮੁਦਾਇਆਂ ਨੂੰ ਆਪਸ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਹਿੰਦੂ ਸਿੱਖਾਂ ਦਾ ਨੋਹ ਮਾਤ ਦਾ ਰਿਸ਼ਤਾ ਇਹ ਬਰਕਰਾਰ ਰਹੇਗਾ, ਲੇਕਿਨ ਜਿਹੜਾ ਆਹ ਨਵਾਂ ਕੰਮ ਹੋ ਰਿਹਾ ਇਹ ਸਹਿਣ ਦੇ ਲਾਇਕ ਨਹੀਂ ਆ। ਇਹ ਠੇਕੇ ਸੜਕਾਂ ਦੇ ਉੱਤੇ ਖਿਲਾ ਸਕਦੇ ਨੇ, ਮੰਦਰ ਦੀ ਬੇਗਤੀ ਕਰਨ ਦੇ। ਲੇਕਿਨ ਹਿੰਦੂਆਂ ਦਾ ਹਮੇਸ਼ਾ ਮਜ਼ਾਕ ਬਣਿਆ ਵਾ, ਚਾਹੇ ਫਿਲਮਾਂ ਹੋਣ। ਮੇਰਾ ਨਾਮ ਦਰਸ਼ਨਾ ਰਾਣੀ ਜੀ। ਕਿਹੜੀ ਜਗ੍ਹਾ ਪੈਂਦੀ ਹੈ ਜੀ? ਇਹ ਛੋਣੀ ਮੱਲਾ ਜੀ। ਛੋਣੀ ਮੱਲੇ ਇਹ ਕਾਰਪੋਰੇਸ਼ਨ ਵਾਲਿਆਂ ਨੇ ਮੰਦਰ ਬਣਿਆ ਸੀ, ਆਉਂਦਾ ਜਾਂਦਾ ਮੱਥਾ ਟੇਕਦਾ ਸੀ, ਠੀਕ ਹੈ ਜੀ। ਅੱਜ ਇਹਨਾਂ ਨੇ ਭਗਵਾਨਾਂ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ, ਖੰਡਿਤ ਕਰਕੇ ਗੰਦੀਆਂ ਟਰੈਲੀਆਂ ਦੇ ਵਿੱਚ ਪਾ ਕੇ ਬੁੱਢੇ ਨਾਲੇ ਸੁੱਟਣ ਜਾ ਰਹੇ। ਤੁਹਾਨੂੰ ਕਿੱਦਾਂ ਪਤਾ ਜੀ ਬੁੱਢੇ ਨਾਲੇ ਅੱਗੇ ਸੁੱਟ ਕੇ ਆਏ ਨੇ? ਆ ਦੇਖੋ, ਇਹਨਾਂ ਨੇ ਹੋਰ ਕਿਤੇ ਮੰਦਰ ਚ ਲਿਜਾਣੀਆਂ, ਮੰਦਰ ਚ ਲਿਜਾਣ ਜੋਗੇ ਨੇ। ਹਿੰਦੂ ਧਰਮ ਦੇ ਸਮਾਜ ਵਿੱਚ ਇੱਦਾਂ ਦੀਆਂ ਇਹ ਠੇਕੇ ਸੜਕਾਂ ਦੇ ਉੱਤੇ ਖਿਲਾ ਸਕਦੇ ਨੇ, ਮੰਦਰ ਦੀ ਬੇਗਤੀ ਕਰਨ ਦੇ। ਸਾਡੇ ਹਿੰਦੂਆਂ ਦੇ ਵਿੱਚ ਮੰਦਰ ਦੀਆਂ ਕਿੱਡੀ ਵੱਡੀ ਪਵਿੱਤਰ ਮੂਰਤੀ, ਹਨੂੰਮਾਨ ਜੀ ਦੀ, ਕਾਲੀ ਮਾਤਾ ਜੀ ਦੀ, ਸਭ ਦੀ ਆਉਂਦੇ ਜਾਂਦੇ ਅਸੀਂ ਮੱਥਾ ਟੇਕਣਾ ਰੋਜ਼। ਆਪਣੇ ਕੋਲੋਂ 2 ਲੱਖ ਰੁਪਈਆ ਲਾ ਕੇ ਮੰਦਰ ਬਣਾਇਆ ਗਿਆ। ਮੰਦਰ ਕਿੰਨੀ ਦੇਰ ਤੋਂ ਬਣਿਆ ਮਾਤਾ? ਇਹ ਮੰਦਰ 15-16 ਸਾਲ ਤੋਂ। 15 ਸਾਲ ਤੋਂ? ਹਾਂ, ਬਾਬਾ ਪ੍ਰਧਾਨ ਜੀ ਇੱਥੇ ਛੋਣੀ ਮੱਲੇ ਦੇ, ਉਹਨਾਂ ਨੇ ਬਣਾਇਆ। ਕੀ ਨਾਮ ਹੈ ਜੀ? ਰਾਜ ਰਾਣੀ। ਇਹ ਕੀ ਮਤਲਬ ਕਿਹੜੀ ਜਗ੍ਹਾ ਪੈਂਦਾ ਪਿਆ ਵਾ? ਛੋਣੀ ਮੱਲਾ, ਛੋਣੀ ਮੱਲਾ ਜੀ। ਅਤੇ ਕਿੰਨਾ ਰੋਡ ਪੈਂਦਾ ਜਲੰਧਰ ਬਾਈਪਾਸ। ਇਹ ਮੰਦਰ ਕਿੰਨੇ ਦੇਰ ਤੋਂ ਚੱਲਦਾ ਪਿਆ? 15-16 ਸਾਲ। 15-16 ਸਾਲ ਹੋ ਗਏ ਬਣੇ ਹੋਏ ਆ। ਰੱਬ ਦਾ ਘਰ ਦਾ ਛੱਡ ਦੋ ਦੇਖੋ, ਪਰ ਇਹਨਾਂ ਛੱਡਿਆ ਨੀ, ਸਾਨੂੰ ਇੱਧਰ ਬਿਠਾਇਆ ਪਿੱਛੇ। ਇੰਨਾ ਕੀਤਾ, ਕੋਈ ਸਾਡੀ ਗੱਲ ਨੀ ਸੁਣੀ। ਉਹਦੇ ਦੇਵੀ ਦੇਵਤੇ ਦੀ ਫੋਟੋ, ਕੂੜੇ ਵਾਲੇ ਦੀ, ਹਨੂੰਮਾਨ ਜੀ ਦੀ ਫੋਟੋ ਦੇਖੋ, ਹਨੂੰਮਾਨ ਦੀ ਫੋਟੋ ਲੈ ਕੇ ਜਾ ਰਹੇ, ਅੰਮੂ ਵੀ ਬਣਾਓ, ਕਾਲੀ ਮਾਤਾ ਦੀ ਲੈ ਕੇ। ਸ਼ਾਮ ਲਾਲ ਜੀ, ਬਾਬਾ ਜੀ ਕਿੰਨੀ ਦੇਰ ਤੋਂ ਇੱਥੇ ਹੋ? ਇੱਥੇ 40-45 ਸਾਲ ਦਾ ਹੋ ਗਿਆ ਜੀ, ਸੇਵਾ ਕਰਦੇ ਸਾਨੂੰ। ਅਤੇ ਇਹਨਾਂ ਨੇ ਕੁਛ ਦੱਸਿਆ ਤੁਹਾਨੂੰ ਧਾਰ ਮਿਲੇ? ਨਾ ਜੀ, ਕੁਛ ਨਹੀਂ ਦੱਸਿਆ ਜੀ। ਤੁਸੀਂ ਸਮਾਨ ਆਪਣਾ? ਨਾ ਜੀ, ਕੁਛ ਦੱਸਿਆ ਨਹੀਂ ਸਾਨੂੰ, ਹਬੜ ਦਾਬੜ ਪਾਤੀ ਆ ਕੇ। ਇਹ ਸਵੇਰੇ ਬੜੇ ਸੋਹਣੇ ਧੋ ਸਵਾਰ ਕੇ ਐਂ ਚਮਕਾ ਕੇ ਗਏ ਆ, ਮੈਂ ਵੈਸੇ ਬਸ ਚਾਹ ਪੀ ਗਏ ਆ, ਚੱਕ ਕੇ ਦੇਖੋ ਤਾਂ ਦਬੜ ਦਬੜ ਹੋ ਗਈ, ਫਿਰ ਵੀ ਸੰਭਾਲ ਲੈਂਦੇ ਜੀ। ਇਹ ਕਿਹੜੀ ਜਗ੍ਹਾ ਪੈਂਦੀ ਬਾਬਾ ਜੀ? ਇਹ ਖਵਾਜਾ ਪੀਰ ਦੀ, ਜਿੰਦਾ ਪੀਰ, ਪੀਰਾਂ ਦਾ ਪੀਰ, ਦਸਤਕੀਰ, ਖਵਾਜ ਖੀਰ। ਦੇਖ ਲਓ ਮੂਰਤੀਆਂ ਨੂੰ, ਤੁਹਾਨੂੰ ਮੈਂ ਆਪਣੇ ਇਹ ਦਿਖਾ ਦਿੰਦਾ ਕਿੱਦਾਂ ਲੈ ਕੇ ਗਏ ਆ। ਹਾਲੇ ਜੋੜੀ ਫਿਲਮ ਦੇ ਵਿੱਚ ਮਜ਼ਾਕ ਉਡਾਇਆ ਗਿਆ ਆਦਿਪੁਰਸ਼, ਆਹ ਦੇਖ ਲਓ, ਆਹ ਸਾਹਮਣੇ ਸਰੇਆਮ ਜਿਹੜਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਨਾ, ਦੇਵੀ ਦੇਵਤੇ ਦੀਆਂ ਮੂਰਤੀਆਂ ਲੈ ਗਏ ਉਹ ਪ੍ਰਸ਼ਾਸਨ ਦੀ, ਕਿਉਂਕਿ ਪ੍ਰਸ਼ਾਸਨ ਦੇ ਅਸੀਂ ਜੇ ਰੋਕਾਂਗੇ। ਪ੍ਰਸ਼ਾਸਨ ਦਾ ਕਹਿਣਾ ਸਾਡਾ ਕੰਮ ਸੀ ਨਾ ਪ੍ਰੋਟੈਕਸ਼ਨ ਦੇਣਾ, ਉਹਨਾਂ ਨੂੰ ਪ੍ਰੋਟੈਕਸ਼ਨ ਦੇ ਆਰਡਰ ਮਿਲੇ, ਉਹਨਾਂ ਦੀ ਮਜਬੂਰੀ ਆ ਖੜਨਾ, ਜਿਹੜੇ ਕੰਮ ਹੋਇਆ ਇਹ ਭਾਜੀ ਉਹ ਪਰਮਾਤਮਾ ਨੂੰ ਮੰਨਦੇ ਨਹੀਂ, ਇਹ ਪਰਮਾਤਮਾ ਨੂੰ ਮੰਨਦੇ ਨਹੀਂ, ਹੋਰ ਕਿਸੇ ਧਰਮ ਨੇ ਇੱਦਾਂ ਹੁੰਦਾ ਵਾ। ਪੰਜਾਬ ਦੇ ਵਿੱਚ 2 ਸਮੁਦਾਇ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਹੋ ਰਹੀ ਆ, ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਆ, ਠੀਕ ਹੈ ਜੀ, ਫਿਰ ਉਹਨੂੰ ਮੰਦ ਬੁੱਧੀ ਕਹਿ ਕੇ ਛੱਡਿਆ ਜਾਂਦਾ ਵਾ, ਫਿਰ ਉਹਦੀ ਜ਼ਮਾਨਤ ਹੋ ਜਾਂਦੀ ਹੈ, ਠੀਕ ਹੈ ਜੀ, ਫਿਰ ਉਹਨੂੰ ਸੁਰੱਖਿਆ ਮਿਲ ਜਾਂਦੀ ਹੈ ਵੀ ਇਹਨੂੰ ਕਿਤੇ ਕੱਟੜਪੰਥੀ ਲੋਕ ਨਾ ਮਾਰ ਦੇਣ। 2 ਸਮੁਦਾਇਆਂ ਨੂੰ ਆਪਸ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਹਿੰਦੂ ਸਿੱਖਾਂ ਦਾ ਨੋਹ ਮਾਤ ਦਾ ਰਿਸ਼ਤਾ ਇਹ ਬਰਕਰਾਰ ਰਹੇਗਾ, ਲੇਕਿਨ ਜਿਹੜਾ ਆਹ ਨਵਾਂ ਕੰਮ ਹੋ ਰਿਹਾ ਇਹ ਸਹਿਣ ਦੇ ਲਾਇਕ ਨਹੀਂ ਆ।
मैं तो जिहड़े पंजाब सरकार है मैं उन्होंने एक बेनती करना चाहना चेतावनी देना चाहना वो मैं हल्का जिहड़े इत्थों दे MLA साहब चौधरी मदन लाल बग्गा जी मैं उन्होंने तुहाडे चैनल के माध्यम राही मदन लाल बग्गा जी साडी गलबात आई उन्होंने कहा कि ये मेरा एरिया नहीं है। अच्छा जी ठीक है हाँ जी उन्होंने फोन से गल एक्शन सामने करनी चाहिए लेकिन एक्शन सामने MLA साहब ने गल नहीं करी तो परे चले गए। कोई गल नहीं थले आ जाएंगे कोई गल नहीं तुम 174 की कार्रवाई करती हो ऐदा भी साढ़े धार्मिक स्थान साढ़े सामने टुट रहे हैं असं बेबस हाँ जिदा पुलिस बेचारी है ना पुलिस बेचारी असं भी बेसबस हाँ भाजी हम अगला स्टैप की है जो उन्होंने तोड़ बंद कर दी है। ठीक है जी इतने कोई आ जिन्हें भी लोग ने तमाशा देख रहे हैं कि इन्हें जो हिंदू समाज के नहीं है हर एक बंदा कहता भी भगत सिंह जम्मे गुआढ़ियों ने घरे जम्मे भी मेरे पुत्र कुछ ना होवे फिर उधर नु हो थोड़ा जिहा सट दा सट बज सकदी है कोई गल नहीं लग लैंदो जी लग उधर नु सट बजू पिछे कर सकदी है कोई गल नहीं प्रशासन दी गवाही दे विच हो रिहा वा सारा कुछ सट सट बजू उधर लै जाओ माड़ा जी देखो इना जिन्होंने भी मूर्तियां लगियां सी ਬਾਜੀ ਬਾਕੀ ਭਾਜੀ ਕਿੱਥੇ ਨੇ ਬਾਕੀ ਐਡਾ ਵੱਡਾ ਹਿੰਦੂ ਸਮਾਜ ਹੈ ਅੱਜ ਦੇਖੋ ਜੀ ਦੇਖੋ ਮੈਂ ਕਿਸੇ ਨੂੰ ਨਹੀਂ ਕਹਿੰਦਾ ਕੁਛ ਵੀ ਘੰਟੇ ਤੋਂ ਮੈਂ ਆਹ ਲਾਈਵ ਪਾਇਆ ਹੋਇਆ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੁੰਦੀ ਭਾਜੀ ਮੈਂ ਸ਼ਿਵ ਸੈਨਾ ਭਾਰਤ ਵੰਸ਼ੀ ਤੋਂ ਪੰਜਾਬ ਚੇਅਰਮੈਨ ਰੋਹਿਤ ਸ਼ਰਮਾ ਹਾਂ ਦੇਖੋ ਜੀ ਮੈਨੂੰ ਫੋਨ ਆਇਆ ਕਿਸੇ ਆਪਣੇ ਸੱਜਣ ਘਟਨਾ ਬਰਾਨੇ ਯਾਰ ਪਿੱਛੇ ਚੱਲ ਜਾਓ ਭਾਈ ਟੁੱਟ ਗਿਆ ਫਿਰ ਕਿੰਨਾ ਦਾ ਤੁਸੀਂ ਦੇਲੇ ਜਾਂਦੇ ਆਂਦੇ ਦੇਖੋ ਹਮੇਸ਼ਾ ਪੰਜਾਬ ਪੁਲਿਸ ਹਮੇਸ਼ਾ ਸਾਡੀ ਸੁਰੱਖਿਆ ਦੇ ਵਿੱਚ ਤੈਨਾਤ ਆ ਪਰ ਲੇਕਿਨ ਜਦੋਂ ਇਹ ਜਦੋਂ ਮੰਦਰ ਦੀ ਸ਼ੁਰੂਆਤ ਹੋਈ ਸੀ ਉਦੋਂ ਕਾਰਪੇਂਟਰ ਸੁੱਤੀ ਪਈ ਸੀਗੀ ਜਾਂ ਤਾਂ ਬਣਨਾ ਦਿੰਦੇ ਜਦੋਂ ਸ਼ੁਰੂਆਤ ਕੋਈ ਕਿਸੇ ਵੀ ਕੰਮ ਦੀ ਸ਼ੁਰੂਆਤ ਹੁੰਦੀ ਉਦੋਂ ਪਹਿਲ ਦਿੰਦੇ ਆ ਖੁੱਲ੍ਹ ਦਿੰਦੇ ਆ। ਠੀਕ ਹੈ ਜੀ ਹਜ਼ਾਰਾਂ ਹੀ ਮੁਜ਼ਾਰਾ ਰੋਡ 'ਤੇ ਬਣੀਆਂ ਹੋਈਆਂ ਵਾ। ਠੀਕ ਹੈ ਜੀ ਤੁਸੀਂ ਆ ਬਾਈਪਾਸ ਟੱਪ ਜਾਓ ਇਧਰਲੇ ਪਾਸੇ। ਠੀਕ ਹੈ ਮੈਂ ਕਿਸੇ ਧਰਮ ਦੇ ਖਿਲਾਫ਼ ਨਹੀਂ ਹਾਂ ਲੇਕਿਨ ਕੀ ਆ ਸਾਡੇ ਜਿਹੜਾ ਹਿੰਦੂ ਧਰਮ ਹੈ ਸੌ ਕਾਰਨ ਮੰਨਿਆ ਗਿਆ ਇਹਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਭਾਜੀ ਕਿਉਂਕਿ ਕਮਜ਼ੋਰ ਗੱਡੀ ਹੈ ਇਹਨਾਂ ਦੀ ਆਪਸ 'ਚ ਨਹੀਂ ਬਣਦੀ ਇੱਕ ਦੂਜੇ ਦੇ ਲੈਗ ਬੁਲੀ ਆ ਲੱਤਾਂ ਖਿੱਚਦੇ ਆ। ਜੇ ਮੈਂ ਹੁਣ ਇੱਥੇ ਪ੍ਰੋਟੈਕਟ ਕਰ ਰਿਹਾ ਵਾਂ ਦੂਜੇ ਨੇ ਕਹਿਣਾ ਉੱਥੇ ਪਹੁੰਚ ਗਿਆ ਅਸੀਂ ਨਹੀਂ ਜਾਣਾ ਜਦਕਿ ਇਸ ਦੇਵੀ ਦੇਵਤੇ ਸਾਰਿਆਂ ਦੇ ਸਾਂਝੇ ਆ ਸਾਂਝਾ ਕੰਮ ਇਹਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਹੋਣੀ ਨਹੀਂ ਚਾਹੀਦੀ। ਦੇਖੋ ਤੁਹਾਡੇ ਸਾਹਮਣੇ ਆ ਜਿਹੜੇ ਜਿਨ੍ਹਾਂ ਨੂੰ ਪਤਾ ਲੱਗਿਆ ਉਹ ਤਾਂ ਮੈਨੂੰ ਕਿਸੇ ਦਾ ਫੋਨ ਆਇਆ ਮੈਂ ਆ ਗਿਆ ਪਰ ਲੇਕਿਨ ਇੱਥੇ ਜੇ ਮੈਂ ਇਹਦੇ ਕਰੇਨ ਦੇ ਅੱਗੇ ਖੜਦਾ ਆ ਇਹ ਕਹਿਣਗੇ ਸਰਕਾਰੀ ਕੰਮ ਨਹੀਂ ਪਾ ਰਹੇ ਦੇਖੋ ਮੂਰਤੀਆਂ ਪੱਟ ਕੇ ਲੈ ਗਏ। ਠੀਕ ਆ ਜੀ ਪਹਿਲਾਂ ਇਹਨਾਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਸੀ ਕੰਮ ਦੀ ਜਦੋਂ ਬਣਦਾ ਪਿਆ ਸੀ ਉਦੋਂ ਕੌਣ ਰੋਕਿਆ ਇਹਦੇ ਨਾਲ ਦੇ ਕਿੰਨੇ ਬਣੇ ਹੋਏ ਆ ਹੁਣ ਉੱਧਰ ਮੰਦਰ ਬਣਿਆ ਹੋਇਆ ਕਰਦੇ। ਠੀਕ ਹੈ ਜੀ ਇਹ ਜੋ ਜਿਹੜੇ ਇਹ ਕਰ ਰਹੇ ਆ ਇਹਨੇ ਭਾਜੀ ਪਤਾ ਕੀ ਹੈ ਜਿਹਦਾ ਰਾਜ ਹੈ ਉਹਦੇ ਬੂਤ ਨੇ ਜਦੋਂ ਵੀ ਕੋਈ ਮੁਲਾਜ਼ਮ ਆ ਕੋਈ ਸਰਕਾਰੀ ਅਫਸਰ ਆਏ ਜਿਹਦਾ ਰਾਜ ਉਹਦੇ ਬੂਤ ਨੇ ਕੱਲ੍ਹ ਨੂੰ ਕਾਂਗਰਸ ਦਾ ਰਾਜ ਆ ਜਾਵੇ ਉਹਨਾਂ ਦੇ ਬਣ ਜਾਣੇ ਪਰ ਲੇਕਿਨ ਹਿੰਦੂਆਂ ਦਾ ਹਮੇਸ਼ਾ ਮਜ਼ਾਕ ਬਣਿਆ ਵਾ ਚਾਹੇ ਫਿਲਮਾਂ ਹੋਣ ਚਾਹੇ ਕੋਈ ਮੈਂ ਤਾਂ ਕਹਿੰਦਾ ਹਾਂ ਬੱਚਿਆਂ ਨੂੰ ਵੀ ਭਗਵਾਨ ਦਾ ਰੂਪ ਨਹੀਂ ਤੁਹਾਨੂੰ ਚਾਹੀਦਾ ਬੱਚਿਆਂ ਨੂੰ ਵੀ ਭਗਵਾਨ ਦਾ ਰੂਪ ਹੀ ਧਾਰਨ ਹਿੰਦੂ ਮੰਦਰਾਂ ਹਿੰਦੂ ਜਗਰਾਤੇ ਕਰਾਉਂਦੇ ਨੇ ਉਹਨਾਂ ਵਿੱਚ ਆਪਣੇ ਬੱਚਿਆਂ ਨੂੰ ਵੀ ਪਰਮਾਤਮਾ ਬਣਾ ਕੇ ਕਰਾਉਂਦੇ ਉਹ ਵੀ ਤਾਂ ਕਰਦੇ ਉਹ ਤਾਂ ਮਜ਼ਾਕ ਹੀ ਕਰਦੇ ਆ। ਦੇਖੋ ਜੀ ਮੇਰੀ ਗੱਲ ਸੁਣੋ ਇਹ ਕੀ ਹੈ ਇਹ ਬਿਲਕੁਲ ਨਜਾਇਜ਼ ਆ ਤੁਸੀਂ ਇੱਕ ਚੀਜ਼ ਦੇਖੋ ਮੈਂ ਸਿੱਖ ਕੌਮ ਨੂੰ ਸਲਾਮ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹ ਸੰਤ ਰਾਮ ਰਹੀਮ ਨੇ ਇੱਕ ਬਾਣਾ ਪਾਇਆ ਸੀ ਬਿਲਕੁਲ ਅਤੇ ਉਹਦੀ ਜਾਨ 'ਤੇ ਹਾਲੇ ਤੱਕ ਆਫਤ ਬਣੀ ਹੋਈ ਆ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਰਹੇ ਹਾਂ ਜਿੱਦਣ ਉਹਨੂੰ ਉਡਾਉਣਾ ਕਿਸੇ ਨੇ ਬੰਬ ਨਾਲ ਰਹਿਣਾ ਵਾ ਇੱਦਾਂ ਦੀ ਜੁਝਾਰੂ ਕੌਮ ਆ ਉਹ ਸਾਡੇ ਵਾਲੇ ਦਿਲੋਂ ਮੰਦਰ ਟੁੱਟ ਗਿਆ ਮੈਂ ਵੀ ਤੁਹਾਡੇ ਮੋਰੇ ਚੀਕਾਂ ਹੀ ਮਰੀ ਜਾਂਦਾ ਪਿਆ ਅੱਗੇ ਜਾਂਦੇ ਤਾਂ ਉਹਨਾਂ ਨੇ ਪੁੰਨ ਕੋਈ ਝੂਠ ਐਕਸ਼ਨ ਕਰ ਦੇਣਾ ਉਹਨਾਂ ਨੇ ਕਹਿਣਾ ਸੜਕ ਸਰਕਾਰੀ ਕੰਮ 'ਚ ਵੀਗਲ ਵੀਗਲ ਭਾਈ ਉਹ ਸਾਡੇ ਜਿਹੜੇ ਸਾਡੇ ਹਿੰਦੂ ਸਮਾਜ ਦੇ ਲੋਕ ਆ ਨਾ ਤਮਾਸ਼ਵੀਨ ਜਿਹੜੇ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਆ ਹਿੰਦੂ ਸਮਾਜ ਦੇ ਆ ਮੰਦਰ ਕਮੇਟੀ ਵਾਲੇ ਕਿਸੇ ਦਾ ਬਿਆਨ ਨਹੀਂ ਆਉਣਾ ਮਾਂ ਦੁਰਗਾ ਦੇ ਕਾਲੀ ਮਾਤਾ ਮੰਦਰ ਇਹ ਕੰਨੇ ਅੰਗ ਨੇ ਇੰਨੀ ਗੰਦੀ ਸ਼ਰਾਬ ਦੀ ਯੂਜ ਕੀਤੀ ਜਾਂ ਦੁਰਗਾ ਮਾਤਾ ਮੰਦਰ ਆ ਨੇੜੇ ਹੀ ਹੈ ਇਹਨਾਂ ਦਾ ਕਿਸੇ ਦਾ ਬਿਆਨ ਆਇਆ ਅਖਬਾਰ 'ਚ ਤੁਹਾਡੇ ਚੈਨਲ ਦੇ ਮਾਧਿਅਮ ਦੱਸਣਾ ਚਾਹੁੰਦਾ ਮੈਂ ਕੋਈ ਪੁਜਾਰੀ ਬੋਲਿਆ ਕੋਈ ਨਹੀਂ ਬੋਲਿਆ ਅੱਜ ਕੱਲ੍ਹ ਲੋਕਾਂ ਨੇ ਨਾ ਮੰਦਰ ਗੁਰਦੁਆਰੇ ਖੋਲ੍ਹਣੇ ਘਰੇ ਇਹ ਦੁਕਾਨਦਾਰੀਆਂ ਬਣਾਉਣੀਆਂ
ਭਾਜੀ ਕੀ ਲੱਗਦਾ ਇਹ ਸਰਕਾਰੀ ਜ਼ਮੀਨ 'ਚ ਮੰਦਰ ਬਣਿਆ ਹੋਇਆ ਸੀ ਇਹ ਜਿਸ ਟਾਈਮ ਬਣਿਆ ਉਸੇ ਟਾਈਮ ਰੋਕਣਾ ਚਾਹੀਦਾ ਸੀ ਭਾਜੀ ਮੈਂ ਤਾਂ ਕੀ ਕਹਿ ਰਿਹਾ ਸ਼ੁਰੂਆਤ ਹੀ ਰੋਕਣੀ ਚਾਹੀਦੀ ਸੀ ਜਦੋਂ ਕੋਈ ਅੱਜ ਲੋਕਾਂ ਦੀ ਇੰਨੀ ਆਸਥਾ ਜੁੜ ਚੁੱਕੀ ਸੀ ਇੰਨਾ ਪੈਸਾ ਲੱਗ ਚੁੱਕਿਆ ਸੀ ਮੰਦਰ ਬਣਾਇਆ ਗਿਆ ਸੀ ਇਹ ਢਾਇਆ ਜਿਹਦੇ ਨਾਲ ਜਿਹੜੇ ਬੰਦੇ ਤੇ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਨੇ ਭਾਜੀ ਦੇਖੋ ਗੱਲ ਮੈਂ ਤੁਹਾਡੇ ਚੈਨਲ ਦੇ ਮਤਲਬ ਗੱਲ ਸੁਣਨਾ ਚਾਹੁੰਦਾ ਦੇਖੋ ਸਰਕਾਰੀ ਜਗ੍ਹਾ ਆ ਸਰਕਾਰੀ ਜਗ੍ਹਾ ਦੇ ਉੱਤੇ ਇੱਕ ਦੋ ਮੰਦਰ ਐਸੇ ਵੀ ਬਣੇ ਆ ਲੋਕਾਂ ਨੇ ਧੱਕੇ ਨਾਲ ਬਣਾਏ ਹੋਏ ਆ ਲੋਕਾਂ ਨੇ ਪਾਰਕਾਂ 'ਚ ਮੰਦਰ ਬਣਾਏ ਧੱਕੇ ਨਾਲ ਜਿਹਨਾਂ ਦੀ ਚੱਲਦੀ ਉਹਨਾਂ ਨੇ ਬਣਾਏ ਹੋਏ ਆ ਚਾਹੇ ਉੱਥੇ ਮੈਂ ਖੜਾ ਜੀ ਮੈਂ ਉੱਥੇ ਗਿਆ ਵਾ ਨਹੀਂ ਜੀ ਨਹੀਂ ਤੁਸੀਂ ਪਰੇ ਹਟ ਜਾਓ ਮੇਰੀ ਵੀਡੀਓ ਬਣਾਉਣ ਲੱਗ ਗਏ ਮੈਂ ਕਿਹਾ ਬਣਾ ਲਓ ਤੁਸੀਂ ਚੱਪਲਾਂ ਪਾ ਗਿਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਚੱਪਲਾਂ ਪਾ ਗਿਆ ਦੇਖੋ ਇੰਨੀ ਕੁ ਕਦਰ ਆ ਸਾਡੇ ਇੰਨੀ ਕੁ ਕਦਰ ਅਸੀਂ ਸੈਂਸਰ ਬੋਰਡ ਨੂੰ ਰੋਈ ਜਾਂਦੇ ਹਾਂ ਸੈਂਸਰ ਬੋਰਡ ਨੇ ਵੀਡੀਓ ਬਣਾਈ ਆ ਆ ਲਓ ਆਹ ਚੱਪਲਾਂ ਪਾਈਆਂ ਹੋਈਆਂ ਆਹ ਲੈ ਲਓ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਦਿਖਾਓ ਕਰੋ ਵੀਡੀਓ ਸਾਡੀ ਤੁਸੀਂ ਦੇਖ ਸਕਦੇ ਵੀ ਜਿਵੇਂ ਚੱਪਲਾਂ ਪਾ ਕੇ ਦਿਖਾ ਰਹੇ ਮੰਦਰ ਦੇ ਵਿੱਚ ਕੀ ਹੁਣ ਇਹ ਮੰਦਰ ਢਾਣ ਨਾਲ ਇੱਥੇ ਪਰਮਾਤਮਾ ਦਾ ਸਰੂਪ ਨਹੀਂ ਰਿਹਾ ਹੁਣ ਕੀ ਇਹ ਇਹਨਾਂ ਨੇ ਇੱਕ ਪੱਥਰ ਦੀ ਮੂਰਤੀ ਸਮਝੀ ਆ ਇਹ ਭਗਵਾਨ ਨੂੰ ਉਹਦਾ ਸਰੂਪ ਨਹੀਂ ਸਮਝਿਆ ਵੀ ਪਤਾ ਨਹੀਂ ਕਿੱਥੇ ਚੱਕ ਜਾ ਇਹ ਮੂਰਤੀਆਂ ਲੈ ਕੇ ਕਿੱਥੇ ਗਏ ਭਾਜੀ ਕੁਝ ਪਤਾ ਨਹੀਂ ਉਹਨੂੰ ਲੈ ਕਿੱਥੇ ਗਏ ਆ ਤੁਹਾਨੂੰ ਪਤਾ ਨਹੀਂ ਕਿੱਥੇ ਲੈ ਕੇ ਆ ਰਹੇ ਮੈਂ ਤੁਹਾਨੂੰ ਦੱਸਦਾ ਮੈਂ ਇੱਥੇ ਮੈਨੂੰ ਕਹਿੰਦੇ ਐਕਸ਼ਨ ਸਾਹਿਬ ਨਾਲ ਗੱਲ ਕਰ ਲਓ ਉਹ ਐਕਸ਼ਨ ਸਾਹਿਬ ਕਹਿੰਦੇ ਜੀ ਕੋਈ ਨਹੀਂ ਨਿਕਲ ਗਏ ਕਿਉਂਕਿ ਪੁਲਿਸ ਪ੍ਰਸ਼ਾਸਨ ਪੁਲਿਸ ਜਿਹੜੀ ਹਮੇਸ਼ਾ ਵਿਚਾਰੀ ਆ ਉਹਨਾਂ ਦੀ ਉਹਨਾਂ ਨੂੰ ਪੁੱਛੋ ਆਰਡਰ ਹੋ ਜਾਂਦਾ ਵਾ ਉਹ ਡਿਊਟੀ ਕਰਦੇ ਆਪਣੀ ਲੇਕਿਨ ਅੱਜ ਦਾ ਸਾਡੇ ਧਰਮ ਦਾ ਕੋਈ ਨਵਾਂ ਮਜ਼ਾਕ ਨਹੀਂ ਤੁਹਾਨੂੰ ਮੈਂ ਤੁਹਾਡੇ ਚੈਨਲ ਦੇ ਮਤਲਬ ਨੂੰ ਦੱਸਣਾ ਚਾਹੁੰਦਾ ਆਹ ਲਾਈਵ ਤੁਸੀਂ ਦੇਖ ਲਓ ਆਹ ਜੀ ਫਿਰ ਉਸ ਫਿਲਮ ਤਾਂ ਕਿਸੇ ਨੇ ਬਣਾਈ ਹੈ ਨਾ ਉਹ 'ਚ ਵੀ ਹਿੰਦੂ ਵਿਰੋਧੀ ਸੈਂਸਰ ਬੋਰਡ 'ਚ ਬੰਦੇ ਲੋਕ ਬੈਠੇ ਨੇ ਹਿੰਦੂਆਂ ਦੇ ਨਾਲ ਇੱਥੇ ਹੁੰਦਾ ਹੀ ਜਾਣਾ ਕਿਉਂਕਿ ਇਹ ਸਾਡੀ ਕੌਮ ਨੂੰ ਕੁਰਬਾਨੀ ਦੇਣੀ ਪੈਣੀ ਕਿਸੇ ਇੱਕ ਨੂੰ ਹਾਂਜੀ ਯਾਰ ਕਮਿਸ਼ਨਰ ਸਾਹਿਬ ਦੇ ਹੁਕਮ ਆ ਸਰਕਾਰ ਦਾ ਇਹ ਹੈਗੀ ਆ ਪਾਰਕ ਆ ਪਾਰਕ ਬਣਨੀ ਹੈ ਮੌਕੇ 'ਤੇ ਸਾਰੇ ਕਾਰਪੋਰੇਸ਼ਨ ਦੇ ਆਏ ਸਾਰੇ ਜਈ ਵਗੈਰਾ ਸਾਰੇ ਅਸੀਂ ਤਾਂ ਸਿਕਿਉਰਟੀ ਆ ਸਾਡੀ ਡਿਊਟੀ ਸਿਕਿਉਰਟੀ ਆ ਅਸੀਂ ਤਾਂ ਪ੍ਰੋਟੈਕਸ਼ਨ ਦੇ ਰਹੇ ਨਾ ਹਾਂਜੀ ਸਾਡੀ ਪ੍ਰੋਟੈਕਸ਼ਨ ਹੁੰਦੀ ਆ ਹਾਂ ਅਸੀਂ ਤਾਂ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਰੱਖਣੀ ਸਾਡਾ ਤਾਂ ਕੰਮ ਇਹ ਆ ਸਾਡਾ ਕਰਤੱਵ ਇਹ ਆ ਸਾਡੀ ਡਿਊਟੀ ਇਹ ਆ ਅਸੀਂ ਹਰ ਇੱਕ ਦੀ ਸੇਫ ਕਰਨੀ ਆ ਚਾਹੇ ਕੋਈ ਵੀ ਆ ਕਿਹੜਾ ਥਾਣਾ ਲੱਗ ਰਿਹਾ ਇੱਥੇ ਸਾਡੇ ਕਾਰਪੋਰੇਸ਼ਨ ਦੇ ਵਿੱਚ ਅਸੀਂ ਕਾਰਪੋਰੇਸ਼ਨ ਹਾਂ ਠੀਕ ਹੈ ਸਰ ਕਾਰਪੋਰੇਸ਼ਨ ਦੀ ਸਿਕਿਉਰਟੀ ਆ ਠੀਕ ਹੈ ਸਰ ਥੈਂਕ ਯੂ